ਤੇ ਅਕਾਲੀ ਦਲ ਵੱਲੋਂ ਪੁੱਲ ਬਖਸ਼ਾਉਣ ਲਈ ਕਰਵਾਏ ਜਾ ਰਹੇ ਸ੍ਰੀ ਅਖੰਡ ਪਾਠ ਸਾਹਿਬ ਤੇ ਬੋਲਦਿਆਂ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਪੁੱਲਾਂ ਬਖਸ਼ਾਉਣ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਤਾਂ ਜੋ SGPC ਤੇ ਉਹਨਾਂ ਦਾ ਕਬਜ਼ਾ ਬਣਿਆ ਰਹਿ ਸਕੇ। ਉਹਨਾਂ ਕਿਹਾ ਕਿ 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਲੀਗਲ ਅਤੇ ਕਾਨੂੰਨੀ ਤੌਰ ਤੇ 31 ਦਸੰਬਰ ਤੋਂ ਪਹਿਲਾਂ ਕਰਵਾਉਣੀਆਂ ਲਾਜ਼ਮੀ ਹਨ। ਇਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਹੋ ਰਹੀਆਂ ਹਨ ਜਿਸ ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਉੱਥੇ ਉਹਨਾਂ ਸੁਖਪਾਲ ਸਿੰਘ ਖਹਿਰਾ ਵੱਲੋਂ ਕੱਢੇ ਜਾ ਰਹੇ ਇਨਸਾਫ਼ ਮਾਰਚ ਨੂੰ ਬੇਲੋੜਾ ਤੇ ਵਿਰੋਧੀ ਧਿਰ ਵੱਲੋਂ ਕੀਤਾ ਜਾ ਰਿਹਾ ਡਰਾਮਾ ਦੱਸਿਆ। ਜਿਹੜੀ ਸਾਹਿਬਜ਼ਾਦੇ ਦੀ ਗੱਲ ਸਿਰਫ SGPC ਦੀ ਗਿਆ ਹੀ ਨਹੀਂ ਸਾਨੂੰ ਚੇਤੇ, ਜਾਂ ਸਾਹਿਬਜ਼ਾਦੇ ਸਾਡੇ ਵੀ ਸਤਿਕਾਰਯੋਗ ਨਹੀਂ ਨੇ, ਸਾਰੇ ਪੰਜਾਬੀਆਂ ਲਈ ਉਹਨਾਂ ਦੀ ਮਰਿਆਦਾ ਵੱਖਰੀ ਹੈ, ਪਰ ਕੌਨਸਟੀਟਿਊਸ਼ਨਲ ਆਬਲੀਗੇਸ਼ਨ ਕੁਝ ਵੱਖਰੀਆਂ ਨੇ। ਸਰਕਾਰ ਚੋਣ ਦੇ ਨਾਤੇ ਕੌਨਸਟੀਟਿਊਸ਼ਨਲ ਆਬਲੀਗੇਸ਼ਨ ਹੈ 31 ਜਨਵਰੀ ਤੋਂ 31 ਦਸੰਬਰ ਤੋਂ ਪਹਿਲਾਂ ਪਹਿਲਾਂ ਇਲੈਕਸ਼ਨ ਕਰਾਉਣੀ ਹੈ। ਸੋ 30 ਦਸੰਬਰ ਦੀਆਂ ਵੋਟਾਂ ਨੇ, ਕੋਈ 28 ਤੱਕ ਜੋੜ ਮੇਲਾ ਖਤਮ ਹੋ, ਇਹਨਾਂ ਦੇ 30 ਨੂੰ ਵੋਟਾਂ ਪੈਣੀਆਂ। ਪਹਿਲਾਂ ਪਤਾ ਤਾਂ ਲੱਗੇ ਭੁੱਲ ਕੀ ਕਿੱਟ ਕੀਤੀ ਉਹਨਾਂ, ਕਾਹਦੀ ਭੁੱਲ ਪੁਛਾਉਣ ਡੇ, ਸਮੇਂ ਤਾਂ ਲੱਗੇ ਕਿਹੜੀ ਭੁੱਲ ਦੀ ਮਾਫ਼ੀ ਮੰਗਣ ਡੇ ਨੇ, ਕਿਹੜੀ ਭੁੱਲ ਪੁਛਾਉਣ ਡੇ ਨੇ। ਪਹਿਲਾਂ ਕਲੀਅਰ ਤਾਂ ਕਰਨ ਵੀ ਆਹ ਸਾਥੋਂ ਭੁੱਲ ਹੋ ਗਈ ਆ, ਉਹਦੀ ਮਾਫ਼ੀ ਦੇ ਰੱਬਾ, ਸਾਨੂੰ ਕਾਲ ਪੁਰਖ ਸਾਨੂੰ ਮਿਹਰ ਕਰ। ਜੇ ਜਾਣੇ ਜਾਣੇ ਇਹ ਕੋਈ ਰਾਗੀ ਥੋੜ੍ਹੇ ਹਨ ਵੀ ਜੇ ਜਾਣੇ ਜਾਣੇ ਗਲਤ ਲਫ਼ਜ਼ ਹੋ ਗਿਆ ਤਾਂ ਸਾਨੂੰ ਮਾਫ਼ ਕਰੀ, ਜਾਂ ਗ੍ਰੰਥੀ ਸਾਹਿਬ ਜੋ ਕਹਿੰਦੇ ਨੇ ਜਾਣੇ ਜਾਣੇ ਕੋਈ ਗਲਤ ਲਫ਼ਜ਼ ਪੜਿਆ ਗਿਆ ਤਾਂ ਮਾਫ਼ ਕਰੀ। ਇਹਦਾ ਕਲੀਅਰ ਕੱਟ ਚੀਫ ਮਿਨਿਸਟਰ ਸਾਹਣਾ ਹੋਮ ਮਿਨਿਸਟਰ ਸੀ, ਦੱਸਿਆ ਤਾਂ ਸਹੀ ਕਿਹੜੀ ਗੱਲ ਦੀ ਮਾਫ਼ੀ ਮੰਗਦੇ ਨੇ ਪਏ, ਕੀ ਗੁਨਾਹ ਕੀਤਾ ਜਾਂ ਨਹੀਂ ਕੀਤਾ। ਜੇ ਕਿਸੇ ਅੱਗੇ ਅਕਾਲ ਤਖ਼ਤ 'ਤੇ ਜਾਣਾ ਫਿਰ ਪੂਰਾ ਸਰੈਂਡਰ ਕਰਨ, ਫਿਰ ਅਕਾਲ ਤਖ਼ਤ ਸਾਹਿਬ ਦੇ ਜਹੇਦਾਰ ਨੂੰ ਪੂਰਾ ਪੁੱਛਣਾ ਚਾਹੀਦਾ ਵੀ ਕਾਹਦੀ ਮਾਫ਼ੀ ਮੰਗਣ ਆ ਰਹੇ ਹੋ। ਮਾਫ਼ੀ ਅਗਲੇ ਪਹਿਲਾਂ ਲਿਖ ਕੇ ਦਿੰਦੇ ਨੇ ਅਕਾਲ ਤਖ਼ਤ ਜਹੇਦਾਰ ਨੂੰ, ਫਿਰ ਅਕਾਲ ਤਖ਼ਤ ਜਹੇਦਾਰ ਸਾਰੇ ਇਕੱਠੇ ਹੁੰਦੇ ਨੇ, ਫਿਰ ਇਹ ਤਰੀਕਾ ਵਾ। ਇਹ ਤਾਂ ਹੁਣ ਕਿਉਂਕਿ ਇਹ ਆਪਣੀ ਤਾਕਤ ਅਜੇ ਵੀ ਨਹੀਂ, SGPC ਛੱਡਦੇ ਪਏ, ਲੋਕ ਆਪੇ ਛਡਾਉਣਗੇ, ਇਹ ਡਰਾਮਾ ਵਾ, ਗਲਤ ਹੋ ਰਿਹਾ। ਦੇਖੋ ਮੈਨੂੰ ਤਾਂ ਖਹਿਰਾ ਸਾਹਿਬ ਦੀ ਇਹ ਸਮਝ ਲੱਗਦੀ ਵੀ ਲੀਡਰ ਦੁਆਬੇ ਦੇ ਹਰ ਮਾਰਚ ਜਾ ਕੇ ਰੈਲੀ ਕਰਨੀ ਉਹ ਵੀ ਮਾਲਵੇ ਜਾ ਕੇ, ਇਨਸਾਫ਼ ਮਾਰਚ ਕਰਨਾ ਉਹ ਵੀ ਮਾਲਵੇ ਜਾ ਕੇ। ਇਹ ਮਾਲਵੇ 'ਚ ਕੀ ਇਨਸਾਫ਼ ਖਾਸ ਮੰਗਦੇ ਜਿਹੜਾ ਉੱਥੇ ਹੋਣ, ਇਨਸਾਫ਼ ਤਾਂ ਦੇ ਦਿੱਤਾ, ਬਰਗਾੜੀ ਵਾਲੇ ਐਲਾਨ ਕਰਤਾ ਵੀ AC ਉੱਠ ਰਹੇ ਆ, ਇਹ ਇਨਸਾਫ਼ ਕਿਹਦੇ ਲਈ ਮੰਗਦੇ ਨੇ।